He's here. Are you sure? Don't worry, I'll get him. He's coming. We are ready. दौड़ेगा भागेगा बाबा ऑल सीजंस के लिए कुछ भी करेगा। आई एम अ मैन ऑफ ऑल सीजंस। और वो नहीं कहते इस तरह विधानसभा के विच बोले जिस तरह भगवंत मान बोलते नजर आ रहे हैं अपने ओपोजिशन पार्टी नूं इस तरह इशारे कर कर के अखां दे विच देखो तुसीं की कहना चाहोगे। मैनूं लगदा है अज ते मुख्यमंत्री साहब ने अपने आप नूं ही शर्मनाक नहीं किया लेकिन किते ना किते पंजाब नूं भी शर्मनाक किया है। जिहड़ा पंजाब आपकी बोली वास्ते आपकी मिठास वास्ते आपके अदब ते सत्कार वास्ते इस कौम नूं लोकी उन्हां नूं क्रेडिट देंदे ने कि इह इन्नी मिठी बोली इन्हां दी हैगी इन्नी मिठी भाषा इन्नी सलीका आदर ते सत्कार। मैनूं इस गल का माण है कि बादल साहब दी इन्नी वड्डी उम्र होण ते बावजूद जिहड़े विधानसभा च कि भावें पब्लिक च छोटा तो छोटा बच्चा ਨਵਾਂ ਤੋਂ ਨਵਾਂ ਅਫਸਰ ਵੀ ਹੁੰਦਾ ਸੀਗਾ ਵਿਰੋਧੀਆਂ ਦੀ ਤਾਂ ਤੁਸੀਂ ਛੱਡੋ ਗੱਲ ਹਰੇਕ ਨੂੰ ਇਸ ਪਿਆਰ ਤੇ ਸਲੀਕੇ ਦੇ ਨਾਲ ਬੋਲਦੇ ਸੀ ਕਿ ਉਹਨਾਂ ਦਾ ਦਿਲ ਜਿੱਤ ਲੈਂਦੇ ਸੀ ਤੇ ਆ ਭਗਵੰਤ ਮਾਨ ਲੱਗਦਾ ਕਿ ਪਤਾ ਨਹੀਂ ਮੁੰਜੇ ਮੈਨੂੰ ਇਹ ਸ਼ਬਦ ਕਹਿੰਦੇ ਹੋਏ ਵੀ ਮੈਨੂੰ ਮੈਂ ਆਪਣੇ ਜ਼ਬਾਨ ਨੂੰ ਮੈਂ ਦੱਬ ਰਹੀ ਹਾਂ ਕਿਉਂਕਿ ਮੈਂ ਇਹਨਾਂ ਦੇ ਲੈਵਲ 'ਚ ਨਹੀਂ ਆਉਣਾ ਚਾਹੁੰਦੀ। ਮਤਲਬ ਕਿਹੜੇ ਮਿੱਟੀ ਤੋਂ ਕੀ ਚੀਜ਼ ਨਿਕਲ ਕੇ ਆਇਆ ਹੈ ਕਿ ਉਹਨਾਂ ਨੂੰ ਆਪ ਦੀ ਕੁਰਸੀ ਦਾ ਆਪ ਦੇ ਅਹੁਦੇ ਦਾ ਆਪ ਦੇ ਰੁਤਬੇ ਦਾ ਤੇ ਆਪਦੀ ਜ਼ਿੰਮੇਵਾਰੀ ਦਾ ਵੀ ਅਹਿਸਾਸ ਨਹੀਂ ਕਿ ਸ਼ਬਦ ਇਹੋ ਜਿਹੇ ਕਰ ਰਹੇ ਜਿਹੋ ਜਿਹੇ ਸੜਕਾਂ 'ਚ ਚੱਲਦੇ ਹੋਏ ਸੜਕ ਛਾਪ ਲੁੱਚੇ ਲਫੰਗੇ ਜਿਹੋ ਜਿਹੇ ਸ਼ਬਦ ਇਸਤੇਮਾਲ ਕਰਦੇ ਨੇ ਉਹ ਮੁੱਖ ਮੰਤਰੀ ਦੀ ਕੁਰਸੀ 'ਚ ਬੈਠ ਕੇ ਬੋਲਦੇ ਹੋਏ ਸਾਰੇ ਪੰਜਾਬ ਨੂੰ ਸ਼ਰਮਨਾਕ ਕੀਤਾ। ਜੀ ਬਈ ਮੂਸੇ ਵਾਲੇ ਪਰਿਵਾਰ ਨੇ ਇਨਸਾਫ ਲੈਣ ਦੇ ਲਈ ਵਿਧਾਨ ਸਭਾ ਬਾਹਰ ਧਰਨਾ ਦੇਣਾ ਪਵੇਗਾ। ਇਹ ਵੀ ਮੈਂ ਕਹਿੰਦੀ ਹਾਂ ਕਿ ਇਸ ਬੇਈਮਾਨ ਸਰਕਾਰ ਦੀ ਦੇਣ ਖਾਸ ਤੌਰ ਤੇ ਭਗਵੰਤ ਬੇਈਮਾਨ ਦੀ ਜਿਨ੍ਹਾਂ ਨੇ ਆਪ ਦੀ ਫੋਕੀ ਵਾਵਾਈ ਵਾਸਤੇ ਇੱਕ ਮਾਂ ਦਾ ਪੁੱਤ ਮਰਵਾ ਦਿੱਤਾ ਸਿਕਿਉਰਿਟੀ ਵਿਡਰਾਅ ਕੀਤੀ ਸਿਕਿਉਰਿਟੀ ਮਿਲੀ ਸੀ ਕਿਉਂਕਿ ਜਾਨ ਨੂੰ ਖਤਰਾ ਸੀ। ਜੇ ਤੁਸੀਂ ਆਪ ਦੀ ਵਾਵਾਈ ਲੈਣ ਵਾਸਤੇ ਤੁਸੀਂ ਕਿਸੇ ਦੀ ਸਿਕਿਉਰਿਟੀ ਵਿਡਰਾਅ ਕਰਨੀ ਹੈ ਘੱਟ ਤੋਂ ਘੱਟ ਆਪਣੇ ਸੋਸ਼ਲ ਮੀਡੀਆ 'ਚ ਪਾ ਕੇ ਉਹਦਾ ਢੰਡੋਰਾ ਪਿਟਾ ਕੇ ਆਪ ਨੂੰ ਚਮਕਾਉਣ ਵਾਸਤੇ ਮਾਂ ਦਾ ਪੁੱਤ ਮਾਰਤਾ। ਪੰਜਾਬ ਦਾ ਇੱਕ ਮਸ਼ਹੂਰ ਗਾਇਕ ਹਮੇਸ਼ਾ ਵਾਸਤੇ ਚਲੇ ਗਿਆ ਤੇ ਉਹਦੇ ਬਾਅਦ ਜਦ ਮਾਂ ਪਿਓ ਦਰ ਦਰ ਫਿਰਦੇ ਰਹੇ ਕਿ ਸਾਨੂੰ ਇਨਸਾਫ ਦਿਓ ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਫੜੋ ਉਹਨਾਂ ਨੂੰ ਫੜਨ ਵਾਸਤੇ ਨਾ ਕੋਈ ਹੱਥ ਮਾਰਿਆ ਨਾ ਕੋਈ ਪੈਰ ਦਿੱਲੀ ਦੀ ਪੁਲਿਸ ਫੜ ਫੜ ਕੇ ਲਾ ਕੇ ਮੁਲਜ਼ਮਾਂ ਨੂੰ ਇਹਨਾਂ ਦੇ ਹਵਾਲੇ ਕਰਦੀ ਸੀ ਤੇ ਪਹਿਲੇ ਤਾਂ ਮੁਲਜ਼ਮ ਨੂੰ ਆਪਾਂ ਪਹਿਲੇ ਦੇਖਿਆ ਕਿ ਕਿਵੇਂ ਪੁਲਿਸ ਉਹਨੂੰ ਰਾਤ ਨੂੰ ਉਹਦੀ ਗਰਲਫ੍ਰੈਂਡ ਨੂੰ ਮਿਲਣ ਮੁਰਨ ਵਾਸਤੇ ਲਿਜਾਂਦੇ ਸੀ ਤੇ ਉਹ ਫਰਾਰ ਕਰਾਤਾ। ਫਿਰ ਜਿਹੜੇ ਫੜੇ ਗਏ ਸੀ ਤੇ ਮੁੱਖ ਮੰਤਰੀ ਹੋਮ ਮਿਨਿਸਟਰ ਰਹੇ ਤੁਹਾਡੇ ਜੇਲ੍ਹਾਂ 'ਚ ਦੋ ਅਕਿਊਜ਼ਡ ਦਾ ਕਤਲ ਹੋ ਜਾਏ ਤੇ ਫਿਰ ਉਂਗਲੀਆਂ ਤੁਹਾਡੇ ਉੱਤੇ ਕਿਉਂ ਨਾ ਉੱਠਣ ਕਿ ਤੁਸੀਂ ਇਹਦੇ ਵਿੱਚ ਪਹਿਲੇ ਮਾਰਨ 'ਚ ਤੁਹਾਡਾ ਹਿੱਸਾ ਫਿਰ ਰਾਜ ਨੂੰ ਦਬਾਉਣ ਵਾਸਤੇ ਇਹਨਾਂ ਨੂੰ ਕਤਲ ਕਰਕੇ ਹਮੇਸ਼ਾ ਵਾਸਤੇ ਰਾਜ ਦਬਾਉਣ ਵਾਸਤੇ ਤੁਹਾਡਾ ਹੱਥ ਕਿਉਂ ਨਹੀਂ ਤੇ ਅੱਜ ਆਹੀ ਕਾਰਨ ਹੈ ਕਿ ਵਿਚਾਰੇ ਮਾਂ ਪਿਓ ਨੂੰ ਸਾਰਾ ਕੁਝ ਦਿਖਦੇ ਹੋਏ ਉਹਨਾਂ ਨੂੰ ਵਿਧਾਨ ਸਭਾ ਦੇ ਅੱਗੇ ਧਰਨਾ ਮਾਰਨਾ ਪੈ ਰਿਹਾ ਕਿਉਂਕਿ ਪਹਿਲੀ ਬਰਸੀ ਆ ਗਈ। ਲੇਕਿਨ ਉਹਨਾਂ ਦੇ ਪੁੱਤ ਦੇ ਨਾਲ ਜਿਹੜਾ ਇਨਸਾਫ਼ ਹੋਣਾ ਚਾਹੀਦਾ ਇਨਸਾਫ਼ ਦਾ ਕੋਈ ਨਾਮੋ ਨਿਸ਼ਾਨ ਨਹੀਂ ਬਲਕਿ ਇਕੱਲੇ ਫੋਕੀ ਵਾਹ ਵਾਹੀ ਵਾਸਤੇ ਕਦੇ ਕਹਿੰਦੇ ਕਿ ਜੀ ਬੰਦਾ ਫੜਿਆ ਗਿਆ ਕੈਨੇਡਾ 'ਚ
ਕਿਹੜਾ ਨਾਂ ਸੀਗਾ ਜਿਹਨੂੰ ਗੈਂਗਸਟਰ ਨੂੰ ਗੋਲਡੀ ਬਰਾਰ ਫੜਿਆ ਗਿਆ ਤੇ ਗੋਲਡੀ ਬਰਾਰ ਮੀਡੀਆ 'ਚ ਕਹਿੰਦਾ ਮੈਂ ਤਾਂ ਅੱਜ ਤੱਕ ਮੈਨੂੰ ਕਿਸੇ ਨੇ ਹੱਥ ਨਹੀਂ ਪਾਇਆ ਤਾਂ ਸਾਡਾ ਮੁੱਖ ਮੰਤਰੀ ਕਦੇ ਇਹਦੇ ਪਿੱਛੇ BMW ਦੀ ਫੈਕਟਰੀ ਆ ਰਹੀ ਹੈ ਕਦੇ ਗੋਲਡੀ ਬਰਾਰ ਫੜਿਆ ਗਿਆ ਹੈਗਾ ਕਦੇ ਇੱਥੇ ਇਨਵੈਸਟ ਪੰਜਾਬ 'ਚ ਕੀ ਹੋ ਰਿਹਾ ਸੋ ਪੰਜਾਬ ਦੇ ਹਾਲਾਤ ਕੀ ਨੇ ਤੇ ਜਿਸ ਦਿਨ ਪੰਜਾਬ ਦੇ ਜੇਲ੍ਹਾਂ ਦੇ ਉੱਤੇ ਕਬਜ਼ਾ ਹੋ ਰਿਹਾ ਸੀ ਪੁਲਿਸ ਦਾ ਸਿਰ ਪਾੜ ਕੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਜ਼ੋਰ ਜ਼ਬਰ ਦੇ ਨਾਲ ਮਾੜੇ ਅਨਸਰ ਚੱਕੇ ਆਪਦਾ ਬੰਦਾ ਜੇਲ੍ਹ ਤੋਂ ਛੜਾ ਰਹੇ ਸੀ ਉਸ ਦਿਨ ਮੁੱਖ ਮੰਤਰੀ ਪੰਜਾਬ ਦੀ ਹਿਫਾਜ਼ਤ 'ਚ ਨਹੀਂ ਮਹਾਰਾਸ਼ਟਰ 'ਚ ਬੈਠਾ ਕਹਿ ਰਿਹਾ ਸੀ ਪੰਜਾਬ ਦੇ ਹਾਲਾਤ ਬਹੁਤ ਵਧੀਆ ਨੇ ਕਿ ਅੱਜ ਵੀ ਸ਼ਾਇਦ ਉਹ ਕਿਸੇ ਸੀਰੀਅਲ 'ਚ ਜਾਂ ਕਿਸੇ ਟੀਵੀ ਜਾਂ ਕੋਈ ਆਪਦਾ ਪੰਡ ਦੀ ਐਕਟਿੰਗ ਅਜੇ ਵੀ ਕਰ ਰਿਹਾ ਹੈ ਭੰਡੀ ਪ੍ਰਚਾਰ ਖਤਮ ਹੋ ਗਿਆ ਮੁੱਖ ਮੰਤਰੀ ਸਾਹਿਬ ਹੁਣ ਤੁਸੀਂ ਮੁੱਖ ਮੰਤਰੀ ਬਣ ਗਏ ਹੋ 92 MLAਆਂ ਦੇ ਨਾਲ ਸਾਲ ਭਰ ਨਿਕਲ ਗਿਆ ਹੈ ਤੁਹਾਡੀ ਗਾਰੰਟੀਆਂ ਵਿੱਚੋਂ ਇੱਕ ਗਾਰੰਟੀ ਪੂਰੀ ਨਹੀਂ ਬੀਬੀਆਂ ਆਪਦੇ ਹਜ਼ਾਰ ਰੁਪਏ ਮਹੀਨੇ ਦੀ ਵੇਟ ਕਰ ਰਹੇ 12,000 ਰੁਪਏ ਦੇ ਇੰਤਜ਼ਾਰ 'ਚ ਲੱਗੇ ਨੇ ਬਿਜਲੀ ਦੇ ਵੱਡੇ ਵੱਡੇ ਕੱਟ ਲੱਗ ਰਹੇ ਨੇ ਤੁਹਾਡੇ ਜ਼ੀਰੋ ਬਿੱਲ ਕਰਕੇ ਬਿਜਲੀ ਮਹਿਕਮਾ ਬੰਦ ਹੋ ਕੇ ਗਰਮੀਆਂ 'ਚ ਕਿਸੇ ਨੂੰ ਬਿਜਲੀ ਨਹੀਂ ਮਿਲਣੀ ਲਾਅ ਐਂਡ ਆਰਡਰ ਦਾ ਬੁਰਾ ਹਾਲ ਹੋਇਆ ਇੰਡਸਟਰੀ ਪੰਜਾਬ ਛੱਡ ਛੱਡ ਬਾਹਰ ਭੱਜ ਰਹੀ ਹੈ ਲਾਅ ਐਂਡ ਆਰਡਰ ਕਰਕੇ ਨੌਜਵਾਨ ਬੱਚਿਆਂ ਨੂੰ ਜਿਹਨਾਂ ਤੁਸੀਂ ਕਹਿੰਦੇ ਇੰਨੇ ਨੌਕਰੀਆਂ ਦੇਤੀਆਂ ਸਾਡੇ ਬੱਚੇ ਬਾਹਰ ਵੱਲ ਭੱਜੀ ਜਾ ਰਹੇ ਤੁਸੀਂ ਤਾਂ ਕਹਿੰਦੇ ਸੀ ਬੱਚਿਆਂ ਨੂੰ ਰੋਕਾਂਗੇ ਗੋਰੇ ਵੀ ਆਉਣਗੇ ਗੋਰਿਆਂ ਨੂੰ ਤਾਂ ਕੀ ਆਣਾ ਆਪਣੇ ਬੱਚਿਆਂ ਨੂੰ ਰੋਕ ਲਓ ਅੰਮ੍ਰਿਤਪਾਲ ਤੇ ਕਾਰ ਵੀ ਕਿਉਂ ਨਹੀਂ ਕੀਤੀ ਹੈ ਮੰਤਰੀ ਕਹਿੰਦੇ ਬਿਆਨ ਵੀ ਕਾਰ ਵੀ ਕਰਾਂਗੇ ਕੀ ਲੱਗਦਾ ਕੀ ਅਜਿਹੀ ਅੰਮ੍ਰਿਤਪਾਲ ਅਜਿਹੇ ਬਿਆਨ ਜਾਰੀ ਕਿਉਂਕਿ ਜਾਂ ਤਾਂ ਮੁੱਖ ਮੰਤਰੀ ਰਲਿਆ ਹੋਇਆ ਹੈਗਾ ਜਾਂ ਲਾਚਾਰ ਹੈ ਜਾਂ ਨਖਿੱਦ ਹੈ ਚੌਥੀ ਚੀਜ਼ ਤਾਂ ਹੋ ਨਹੀਂ ਸਕਦੀ ਕਿ ਇੱਕ ਬੰਦਾ ਜਾ ਕੇ ਇੱਕ ਹਜੂਮ ਨੂੰ ਗੁਰੂ ਸਾਹਿਬ ਦੀ ਭੀੜ ਨੂੰ ਇੱਕ ਢਾਲ ਬਣਾ ਕੇ ਪਹਿਲੀ ਵਾਰ ਇਹ ਤਾਂ ਮੈਨੂੰ ਲੱਗਦਾ ਗੁਰੂ ਗੋਬਿੰਦ ਸਿੰਘ ਜੀ ਨੇ ਕਦੇ ਆਪ ਤੇ 14 ਜੰਗਾਂ 'ਚ ਨਹੀਂ ਕੀਤਾ ਸੀ ਕਿ ਜਾ ਕੇ ਗੁਰੂ ਸਾਹਿਬ ਮਹਾਰਾਜ ਨੂੰ ਢਾਲ ਬਣਾ ਕੇ ਆਪ ਦੀ ਹਿਫਾਜ਼ਤ ਕਰੇ ਅੱਜ ਇਸ ਹੱਦ ਤੱਕ ਹੋਰ ਕੁਝ ਨਹੀਂ ਇਸ ਕਰਕੇ ਪਰਚਾ ਹੋਣਾ ਚਾਹੀਦਾ ਇੰਨੀ ਵੱਡੀ ਬੇਅਦਬੀ ਗੁਰੂ ਦੀ ਲੇਕਿਨ ਉਹ ਛੱਡੋ ਜੇ ਉਹ ਤੁਸੀਂ ਨਹੀਂ ਕਰ ਸਕਦੇ ਗੱਲਾਂ ਬਹੁਤ ਵੱਡੀ ਵੱਡੀ ਬੇਅਦਬੀਆਂ ਦੀ ਤੁਸੀਂ ਕਰਦੇ ਸੀਗੇ ਜੇ ਉਹ ਨਹੀਂ ਕਰ ਸਕਦੇ ਜਿੱਥੇ ਆ ਗੁਰੂ ਸਾਹਿਬ ਨੂੰ ਵਰਤਿਆ ਗਿਆ ਹੈ ਘੱਟ ਤੋਂ ਘੱਟ ਪੁਲਿਸ ਥਾਣੇ ਦੇ ਉੱਤੇ ਜਿਹੜਾ ਕਬਜ਼ਾ ਹੋਇਆ ਪੁਲਿਸ ਦੇ ਸਿਰ ਪਾੜੇ ਗਏ ਨੇ ਉਹਦਾ ਵੀ ਪਰਚਾ ਜੇ ਤੁਸੀਂ ਨਹੀਂ ਕਰ ਰਹੇ ਹੋ ਫਿਰ ਤੁਸੀਂ ਭਾਗੀਦਾਰ ਹੋ ਤੁਸੀਂ ਬਚਾ ਰਹੇ ਹੋ ਤੁਸੀਂ ਇਨਕਰੇਜ ਕਰ ਰਹੇ ਹੋ ਲਾਅ ਐਂਡ ਆਰਡਰ ਤੁਸੀਂ ਖਰਾਬ ਕਰ ਰਹੇ ਹੋ ਤੇ ਖਰਾਬ ਕਰਨ ਦੇ ਮਗਰ ਤੁਹਾਡੀ ਮਨਸ਼ਾ ਕੀ ਹੈ ਕਿ ਤੁਸੀਂ ਆਪ ਚਾਹੁੰਦੇ ਹੋ ਕਿ ਇੱਥੇ ਰਾਸ਼ਟਰਪਤੀ ਸ਼ਾਸਨ ਲੱਗ ਜਾਏ ਕਿ ਤੁਸੀਂ ਆਪ ਚਾਹੁੰਦੇ ਹੋ ਕਿ ਪੰਜਾਬ ਦੇ ਲੋਕੀ ਬੱਚੇ ਛੱਡ ਰਹੇ ਨੇ ਲੋਕੀ ਵੀ ਛੱਡ ਕੇ ਚਲੇ ਜਾਣ ਇਸ ਤਰ੍ਹਾਂ ਦਾ ਬਦਲਾਅ ਵਾਸਤੇ ਲੋਕਾਂ ਨੇ ਵੋਟਾਂ ਨਹੀਂ ਪਾਈਆਂ ਬਿਲਕੁਲ ਇਹ ਭਗਵੰਤ ਮਾਨ ਨੇ ਹਰ ਪੱਖੋਂ ਪੰਜਾਬ ਦੇ ਹੱਕਾਂ ਨੂੰ ਕਮਜ਼ੋਰ ਕੀਤਾ ਹੈ ਜਿਸ ਦਿਨ ਇਹਨੇ 100 ਖਾਧੀ ਸੀ ਅਗਲੇ ਦਿਨ ਦਿੱਲੀ ਗਿਆ ਤਾਂ ਅੱਧਾ ਪੰਜਾਬ BSF ਦੇ ਹਵਾਲੇ ਕਰ ਗਿਆ ਹੁਣ ਅੱਧਾ ਪੰਜਾਬ 'ਚ BSF ਬੈਠਿਆ ਹੋਇਆ ਹੈ ਲੇਕਿਨ ਅਜੇ ਵੀ ਡਰੋਨ ਰਾਹੀਂ ਬਾਰਡਰਾਂ 'ਚ ਨਸ਼ੇ ਹੋਣ ਹਥਿਆਰ ਹੋਣ ਸਭ ਕੁਝ ਆ ਰਿਹਾ ਹੈ ਨਾ ਕੇਂਦਰ ਰੋਕ ਰਿਹਾ ਤੇ ਨਾ ਭਗਵੰਤ ਮਾਨ ਰੋਕ ਰਿਹਾ ਤੇ ਹੁਣ ਲਾਅ ਐਂਡ ਆਰਡਰ 'ਚ ਇਹਨਾਂ ਮਾੜਾ ਹਾਲ ਕਰਕੇ ਆਪ ਇਹਨੇ ਕਬੂਲ ਕਰ ਲਿਆ ਕਿ ਮੇਰੇ ਬਸ ਦੀ ਗੱਲ ਹੈ ਹੀ ਨਹੀਂ ਜਾ ਕੇ ਹੋਰ ਸੈਂਟਰਲ ਫੋਰਸਿਸ ਮੰਗੀਆਂ ਨੇ ਤੇ ਸੈਂਟਰਲ ਫੋਰਸਿਸ ਦਾ ਖਰਚਾ ਹੋਰ ਪੰਜਾਬ ਦੇ ਉੱਤੇ 40,000 ਕਰੋੜ ਮੋਲ ਗਦਰ ਮਾਨ ਆਪਣੇ MSP ਦੇ ਬਿਆਨ ਤੋਂ ਬਦਲੇ ਨੇ ਕਹਿੰਦੇ ਮੈਂ ਇਨਕੈਪੇਬਲ ਸੀ ਮੈਂ ਐਕਸਪੀਰੀਅੰਸ ਨਹੀਂ ਸੀ ਤਾਂ ਉਹ ਜਿਹੜਾ 5 ਮਿੰਟ ਵਾਲਾ ਬਿਆਨ ਸੀਗਾ ਮੈਨੂੰ ਨਹੀਂ ਸੀ ਦੇਣਾ ਚਾਹੀਦਾ ਬਿਆਨ ਤਾਂ ਇਹਨਾਂ ਨੇ ਹਰੇਕ ਤਰ੍ਹਾਂ ਦੇ ਦਿੱਤੇ ਲੋਕਾਂ ਨੂੰ ਗੁੰਮਰਾਹੀ ਇਹਨਾਂ ਦੇ ਬਿਆਨਾਂ ਨੇ ਕਰਤਾ ਤੇ ਬੀਬੀ ਜੀ ਨੇ ਸਹੀ ਕਿਹਾ ਲੇਕਿਨ ਸਿਰਫ ਮੈਂ ਦੀ ਜਗ੍ਹਾ ਆਪਣੀ ਪਾਰਟੀ ਦਾ ਨਾਂ ਜੇ ਲੈ ਲੈਂਦੇ ਸਟਾਰਟਿੰਗ ਫਰੋਮ ਮੁੱਖ ਮੰਤਰੀ ਇਨਕੈਪੇਬਲ ਇਨਐਕਸਪੀਰੀਅੰਸ ਤੋਂ ਮੁੱਖ ਮੰਤਰੀ ਤੋਂ ਲੈ ਕੇ ਇਹਨਾਂ ਦੀ ਸਾਰੀ ਕੈਬਨਿਟ ਹੈ ਅੱਜ ਅਫਸਰਸ਼ਾਹੀ ਵੀ ਦੁਖੀ ਹੈ ਲੋਕੀ ਵੀ ਦੁਖੀ ਹਰੇਕ ਵਰਗ ਧਰਨੇ 'ਚ ਬੈਠਿਆ ਹੋਇਆ ਹੈ ਕਿਸਾਨ ਹੋਏ ਮਜ਼ਦੂਰ ਹੋਏ ਅੱਜ ਲੋਕਾਂ ਨੂੰ ਤਫਰੋਤੀਆਂ ਆ ਰਹੀਆਂ ਨੇ ਲੋਕੀ ਡਰੀ ਬੈਠੇ ਨੇ ਲੇਕਿਨ ਗੈਂਗਸਟਰਾਂ ਤੇ ਚੋਰ ਲੁਚੱਕਿਆਂ ਦੇ ਹੌਸਲੇ ਬੁਲੰਦ ਨੇ ਕਿਉਂਕਿ ਉਹਨਾਂ ਦੇ ਉੱਤੇ ਕੋਈ ਨਖੇਲ ਨਹੀਂ ਕੋਈ ਰੋਕ ਟੋਕ ਨਹੀਂ ਮੁੱਖ ਮੰਤਰੀ ਨੂੰ ਪਤਾ ਹੀ ਨਹੀਂ ਹੈ ਸੂਬਾ ਕਿਵੇਂ ਚਲਾਉਣਾ ਹੈ।